ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਭਗਵਾਨ ਬਾਲਮੀਕੀ ਸਮਾਜ ਵੱਲੋਂ ਪੰਜਾਬ ਬੰਦ ਤੇ ਰੋਸ ਪ੍ਰਦਰਸ਼ਨ। ਭਗਵਾਨ ਬਾਲਮੀਕੀ ਸਮਾਜ ਵੱਲੋਂ ਪੰਜਾਬ ਬੰਦ ਦਾ ਐਲਾਨ। ਇਸ ਮੌਕੇ ਬਾਲਮੀਕ ਸਮਾਜ ਦੇ ਲੋਕਾਂ ਨੇ ਕਿਹਾ ਕਿ ਕਲਰਸ ਚੈਨਲ ਤੇ ਚੱਲ ਰਹੇ ਪ੍ਰੋਗਰਾਮ ਵਿੱਚ ਬਾਲਮੀਕੀ ਭਗਵਾਨ ਜੀ ਦੀ ਛਵੀ ਨੂੰ ਮਾੜੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਸ ਚੈਨਲ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਜਾਤ ਪਾਤ ਦੇ ਨਾਮ ਤੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ ਅਤੇ ਇਸ ਮੌਕੇ ਬੋਲਦਿਆਂ ਬਾਲਮੀਕੀ ਸਮਾਜ ਨੇ ਸਰਕਾਰ ਤੋਂ ਅਜਿਹੇ ਚੈਨਲਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਦੇਸ਼ ਦੀ ਏਕਤਾ ਦੇ ਰਾਹ ਵਿੱਚ ਰੋੜਾ ਬਣਦੇ ਹਨ। ਇਸ ਮੌਕੇ ਤੇ ਬਾਲਮੀਕੀ ਸਮਾਜ ਅਤੇ ਬਾਲਮੀਕੀ ਸਿਟੀ ਸਭਾ ਗੁਰਾਇਆ ਪ੍ਰਧਾਨ ਸੰਜੇ ਅਟਵਾਲ, ਚੇਅਰਮੈਨ ਸੁਦੇਸ਼ ਕੁਮਾਰ ਬਿੱਲਾ, ਵਾਈਸ ਪ੍ਰਧਾਨ ਪਰਮਜੀਤ ਪੰਮੀ, ਸਫਾਈ ਲੇਬਰ ਯੂਨੀਅਨ ਗੁਰਾਇਆ ਪ੍ਰਧਾਨ ਸੁਦਾਮਾ, ਚੇਅਰਮੈਨ ਰਜੇਸ਼ ਕੁਮਾਰ ਟੀਨੂ, ਵਾਈਸ ਪ੍ਰਧਾਨ ਸੰਜੀਵ ਕੁਮਾਰ ਸੋਨੂ, ਲਾਡੀਗਿੱਲ, ਅਮਿਤ ਨਾਹਰ ਅਤੇ ਸੰਨੀ ਨਾਹਰ ਸ਼ਾਮਲ ਸਨ। ਜੈ ਵਾਲਮੀਕੀ, ਜੈ ਗੁਰੂ ਰਵਿਦਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ, ਜੈ ਪਾਠ। ਜੋ ਕਿ ਸਾਰੇ ਪੰਜਾਬ ਵਿੱਚ ਭਗਵਾਨ ਵਾਲਮੀਕੀ ਅੰਮ੍ਰਿਤਸਰ ਤੋਂ ਦਿੱਤੀ ਗਈ ਕੌਲ ਹੈ ਕਿ ਕਲਰ ਚੈਨਲ 'ਤੇ ਜੋ ਨਾਟਕ ਚੱਲ ਰਿਹਾ ਸੀਗਾ ਰਾਮ ਕੇ ਲਵ ਕੁਸ਼, ਉਸ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੀ ਛਵੀ ਨੂੰ ਬਹੁਤ ਗਲਤ ਦਿਖਾਇਆ ਜਾ ਰਿਹਾ ਹੈ। ਪੂਰੇ ਪੰਜਾਬ ਵਿੱਚ, ਪੂਰੇ ਭਾਰਤ ਵਿੱਚ ਇਸ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਲਰ ਚੈਨਲ 'ਤੇ ਜੋ ਸੀਗਾ ਰਾਮ ਕੇ ਲਵ ਕੁਸ਼ ਚੈਨਲ ਨਾਟਕ ਚੱਲ ਰਿਹਾ ਹੈ, ਉਸ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ। ਜੇ ਸਰਕਾਰ ਇਸ 'ਤੇ ਕੋਈ ਐਕਸ਼ਨ ਨਹੀਂ ਲੈਂਦੀ ਆ, ਅੱਜ ਤਾਂ ਪੂਰਾ ਪੰਜਾਬ ਬੰਦ ਹੈ, ਕੱਲ੍ਹ ਨੂੰ ਅਸੀਂ ਪੂਰਾ ਭਾਰਤ ਵੀ ਬੰਦ ਕਰਾਂਗੇ, ਹੋਰ ਇਸ ਤੋਂ ਜ਼ਿਆਦਾ ਪ੍ਰਦਰਸ਼ਨ ਕੀਤਾ ਜਾਊਗਾ। ਇੰਨਾ ਹੀ ਕਹਿੰਦਾ ਹੋਇਆ ਜੈ ਵਾਲਮੀਕੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਜੈ ਵਾਲਮੀਕੀ ਮਹਾਰਾਜ। ਕਲਰਸ ਟੀ ਵੀ 'ਤੇ ਜਿਹੜਾ ਨਾਟਕ ਦਿਖਾਇਆ ਜਾ ਰਿਹਾ ਸੀ ਆ ਰਾਮ ਕੇ ਲਵ ਕੁਸ਼, ਉਸ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਕਰਨ ਦੀ ਕੌਲ ਹੋਈ, ਅਸੀਂ ਪੰਜਾਬ ਬੰਦ ਕਰਾਇਆ। ਇਹ ਨਾਟਕ ਵਿੱਚ ਸ਼੍ਰੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਛਵੀ ਖਰਾਬ ਕਰਕੇ ਤੋੜ ਮਰੋੜ ਕੇ ਇਹ ਨਾਟਕ ਨੂੰ ਪੇਸ਼ ਕੀਤਾ ਗਿਆ, ਜਿਸ ਵਿੱਚ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਨਾਟਕ ਨੂੰ ਬੰਦ ਕੀਤਾ ਜਾਵੇ ਅਤੇ ਇਹ 'ਤੇ ਪਰਚਾ ਕੀਤਾ ਜਾਵੇ। ਅਗਰ ਨਹੀਂ ਕੁਛ ਵੀ ਕੇਂਦਰ ਸਰਕਾਰ ਕਰਦੀ ਜਲਦੀ, ਤਾਂ ਇਹ ਰੋਸ ਪ੍ਰਦਰਸ਼ਨ ਚੱਲਦੇ ਰਹਿਣਗੇ ਅਤੇ ਵਾਲਮੀਕੀ ਸਮਾਜ ਇਹ ਪ੍ਰਦਰਸ਼ਨ ਕਰਦਾ ਰਹੇਗਾ। ਅੱਜ ਜੋ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਪੂਰਨ ਤੌਰ 'ਤੇ ਅੱਜ ਸਾਰਾ ਪੰਜਾਬ ਬੰਦ ਹੈ। ਇਹ ਬੰਦ ਦੀ ਕਾਲ ਭਗਵਾਨ ਵਾਲਮੀਕੀ ਸਭਾਵਾਂ ਅਤੇ ਜਿੰਨੇ ਵੀ ਜਥੇਬੰਦੀਆਂ ਉਹਨਾਂ ਵੱਲ ਦਿੱਤੀ ਗਈ ਸੀ ਔਰ ਇਹ ਕਾਲ ਨੂੰ ਬੰਦ ਕੀਤਾ ਗਿਆ। ਔਰ ਇਸ ਕਾਲ ਦੇ ਤੌਰ 'ਤੇ ਜਿਹੜਾ ਚੈਨਲ ਕਲਰ ਚੈਨਲ ਆ, ਉਹ ਭਗਵਾਨ ਵਾਲਮੀਕੀ ਮਹਾਰਾਜ ਦੀ ਛਵੀ ਨੂੰ ਆਪਣੇ ਚੈਨਲ 'ਤੇ ਬਹੁਤ ਹੀ ਗਲਤ ਤਰੀਕੇ ਨਾਲ ਦਿਖਾ ਰਿਹਾ ਸੀ। ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਇਹ ਚੈਨਲ ਨੂੰ ਬੰਦ ਕੀਤਾ ਜਾਵੇ, ਲੇਕਿਨ ਪ੍ਰਸ਼ਾਸਨ ਦੀ ਨਲੈਕੀ ਕਰਕੇ ਇਹ ਚੈਨਲ ਨੂੰ ਬੰਦ ਨਹੀਂ ਕੀਤਾ ਗਿਆ, ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ। ਔਰ ਅੱਜ ਗੁਰਾਇਆ ਜਿਹੜਾ ਸ਼ਹਿਰ ਆ ਸੰਪੂਰਨ ਤੌਰ 'ਤੇ ਬੰਦ ਹੈ ਔਰ ਇੱਥੋਂ ਦੇ ਭਾਈਚਾਰਾ, ਵਾਲਮੀਕੀ ਭਾਈਚਾਰਾ, ਹੋਰ ਜਿੰਨੇ ਵੀ ਸਾਡੇ ਭਾਈਚਾਰੇ ਗੁਰਾਇਆ ਦੇ ਭਾਈਚਾਰੇ ਦੁਕਾਨਦਾਰ ਵੀਰਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ, ਅਸੀਂ ਧੰਨਵਾਦ ਵੀ ਕਰਦੇ ਉਹਨਾਂ ਦਾ। ਪਰ ਇੱਕ ਸਰਕਾਰਾਂ ਨੂੰ ਜੇ ਚੇਤਾਵਨੀ ਵੀ ਦੇਣਾ ਚਾਹੁੰਦਾ, ਭਾਰਤ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਇੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਭਾਰਤ ਮੁਲਕ ਦੇ ਵਿੱਚ
ਹਰੇਕ ਧਰਮ ਦਾ ਸਤਿਕਾਰ ਹੁੰਦਾ ਹੈ। ਇਹ ਹਰੇਕ ਇਸ ਭਾਰਤ ਦੇ ਵਿੱਚ ਹਰੇਕ ਧਰਮ ਦਾ ਜਿਹੜਾ ਵਿਅਕਤੀ ਰਹਿ ਰਿਹਾ ਹੈ, ਔਰ ਭਾਰਤ ਮੁਲਕ ਦੇ ਵਿੱਚ ਜਾਤ ਪਾਤ ਨੂੰ ਬੜਾਵਾ ਨਾ ਦਿਓ। ਇਹ ਮੁਲਕ ਸਾਡਾ ਬਹੁਤ ਹੀ ਸੋਹਣਾ ਸੋਨੇ ਚਿੜੀ ਹੈ, ਇਹਨੂੰ ਸੋਨੇ ਚਿੜੀ ਬਣਿਆ ਰਹਿਣ ਦਿਓ। ਬੇਨਤੀ ਕਰਾਂਗੇ ਸਰਕਾਰਾਂ ਨੂੰ ਕਿ ਇਹ ਜਿਹੜੇ ਚੈਨਲ ਆ ਉਹਨਾਂ ਨੂੰ ਇੱਕ ਮਹੀਨੇ ਦੋ ਮਹੀਨੇ ਲਈ ਬੈਨ ਨਾ ਕਰੋ, ਸਦਾ ਲਈ ਉਹ ਬੈਨ ਹੋਣੇ ਚਾਹੀਦੇ ਆ। ਹੋਰ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਪਹਿਲਾਂ ਜਿੱਦਾਂ ਸੈਂਸਰ ਬੋਰਡ ਬਣਿਆ ਸੀ ਸੈਂਟਰ ਦੇ ਵਿੱਚ, ਉਹਦੇ ਵਿੱਚ ਵਾਲਮੀਕਿ ਸਮਾਜ ਦੇ ਨੁਮਾਇੰਦੇ ਹਰੇਕ ਧਰਮ ਦਾ ਨੁਮਾਇੰਦਾ ਲਿਆ ਗਿਆ ਸੀ। ਹੁਣ ਵੀ ਇਸੇ ਤਰ੍ਹਾਂ ਬੇਨਤੀ ਕਰਾਂਗਾ ਭਾਰਤ ਸਰਕਾਰ ਨੂੰ ਕਿ ਉੱਥੇ ਜਿਹੜਾ ਚੈਨਲ ਨੂੰ ਬੰਦ ਕਰੋ ਅਤੇ ਸੈਂਸਰ ਬੋਰਡ ਬਣਾ ਕੇ ਹਰੇਕ ਧਰਮ ਦੇ ਸਮਾਜ ਦੇ ਇੱਕ ਨੁਮਾਇੰਦਾ ਲੈ ਕੇ ਸੈਂਸਰ ਬੋਰਡ ਬਣਾਇਆ ਜਾਵੇ। ਜੈ ਵਾਲਮੀਕਿ, ਜੈ ਰਵਿਦਾਸ।